ਦੇਖੋ ਦੋਵਾਂ ਚੋਂ ਇੱਕ ਗੱਲ ਹੀ ਹੈ, ਜਾਂ ਅੱਛੀ ਸੂਰਤ ਲੱਭ ਲਓ ਜਾਂ ਅੱਛੀ ਸੀਰਤ ਲੱਭ ਲਓ, ਹੈਂ। ਜੇ ਤੁਸੀਂ ਅੱਛੀ ਸੂਰਤ ਚਾਹੁੰਦੇ ਹੋ ਨਾ, ਤਾਂ ਫਿਰ ਅੱਛਾ ਦਿਲ ਮੁਸ਼ਕਿਲ ਹੈ। ਅਤੇ ਜੇ ਅੱਛਾ ਦਿਲ, ਖੂਬਸੂਰਤ ਦਿਲ ਚਾਹੁੰਦੇ ਹੋ, ਮੁਖਲਿਸ ਦਿਲ ਚਾਹੁੰਦੇ ਹੋ, ਤਾਂ ਫਿਰ ਸੂਰਤ ਦੀ ਪਰਵਾਹ ਨਾ ਕਰੋ। ਸੂਰਤ ਜਿਵੇਂ ਦੀ ਵੀ ਹੈ, ਸੂਰਤਾਂ ਵਕਤ ਦੇ ਨਾਲ ਢਲ ਜਾਂਦੀਆਂ ਨੇ, ਲੇਕਿਨ ਅੱਛਾ ਦਿਲ, ਖੂਬਸੂਰਤ ਦਿਲ ਅਤੇ ਅੱਛੀ ਸੀਰਤ, ਇਹ ਹਮੇਸ਼ਾ ਮਰਦੇ ਦਮ ਤੱਕ ਰਹਿੰਦੀ ਹੈ। ਠੀਕ ਹੈ, ਜੇ ਅੱਛੀ ਸੂਰਤਾਂ ਦੇ ਪਿੱਛੇ ਭੱਜੋਗੇ ਤਾਂ ਅੱਛਾ ਦਿਲ ਨਹੀਂ ਮਿਲੇਗਾ। ਅੱਛਾ ਦਿਲ ਮਿਲ ਗਿਆ ਨਾ, ਤਾਂ ਖੂਬਸੂਰਤ ਅਤੇ ਸੂਰਤ ਉਹਦੀ ਤੁਹਾਨੂੰ ਆਪੇ ਖੂਬਸੂਰਤ ਲੱਗਣ ਲੱਗ ਜਾਏਗੀ। ਤੁਸੀਂ ਕਹਿਣਾ ਇਹਦੇ ਵਰਗਾ ਦੁਨੀਆ 'ਤੇ ਕੋਈ ਇਨਸਾਨ ਹੀ ਨਹੀਂ। ਜਿਹੜਾ ਬੰਦਾ ਦਿਲ ਤੋਂ ਸੋਹਣਾ ਹੈ ਨਾ, ਦਿਲ ਤੋਂ ਖੂਬਸੂਰਤ ਹੈ, ਉਹ ਹਰ ਤਰ੍ਹਾਂ ਹੀ ਖੂਬਸੂਰਤ ਲੱਗਦਾ ਹੈ। ਉਹਦੀ ਦਿਲ ਦੀ ਖੂਬਸੂਰਤੀ ਉਹਦੇ ਚਿਹਰੇ 'ਤੇ ਝਲਕਦੀ ਹੈ। ਠੀਕ ਹੈ, ਅਤੇ ਮੈਂ ਮੇਰਾ ਮੰਨਣਾ ਇਹ ਕਿ ਜਿਹੜਾ ਬੰਦਾ ਦਿਲ ਤੋਂ ਸੋਹਣਾ ਹੈ ਨਾ, ਉਹ ਹਰ ਤਰ੍ਹਾਂ ਹੀ ਸੋਹਣਾ ਹੈ। ਇਹ ਰੰਗ ਰੂਪ, ਨੈਣ ਨਖਸ਼, ਇਹ ਚਿਹਰੇ ਦੀ ਖੂਬਸੂਰਤੀ ਜਿਹੜੀ ਹੈ ਨਾ, ਉਹ ਮੈਟਰ ਨਹੀਂ ਕਰਦੀ। ਮੈਟਰ ਕਰਦੀ ਹੈ ਦਿਲ ਦੀ ਖੂਬਸੂਰਤੀ, ਕਿ ਬੰਦਾ ਅੱਛੇ ਦਿਲ ਵਾਲਾ ਹੋਵੇ, ਮੁਖਲਿਸ ਹੋਵੇ, ਇਮਾਨਦਾਰ ਹੋਵੇ, ਝੂਠ ਨਾ ਬੋਲਦਾ ਹੋਵੇ ਅਤੇ ਵਫਾਦਾਰ ਹੋਵੇ। ਬਸ।